ਨਜ਼ਾਰੇ ਲਓ ਯਾਰ, ਐਵੇਂ ਨਾ ਇਦਾਂ ਸੀਰੀਅਸ ਹੋਇਆ ਕਰੋ। ਕੁਛ ਨਹੀਂ ਹੋਇਆ ਹੈਗਾ, ਸਾਰਾ ਕੁਛ ਓਕੇ ਰਿਪੋਰਟ ਆ। ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਅੱਗੇ ਰਿਕੁਐਸਟ ਆ, ਜੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਜਲਦੀ ਮੇਰਾ ਚੈਨਲ ਕਰ ਲਓ ਸਬਸਕ੍ਰਾਈਬ, ਐਂਡ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਹਾਨੂੰ ਇਸ ਵੀਡੀਓ ਵਿੱਚ ਗਗਨ ਲਾਲੀ ਆਪਣੇ ਰਿਲੇਸ਼ਨ ਬਾਰੇ ਦੱਸਦੇ ਹੋਏ ਨਜ਼ਰ ਆਣਗੇ ਕਿ ਸਭ ਕੁਝ ਠੀਕ ਆ, ਮੈਂ ਖੁਸ਼ ਹਾਂ, ਟੈਨਸ਼ਨ ਵਾਲੀ ਕੋਈ ਗੱਲ ਨਹੀਂ ਆ। ਬਟ ਸੁਨੇਹਾ ਲਾਲੀ ਦੀ ਇੰਸਟਾਗ੍ਰਾਮ ਆਈਡੀ ਵੱਲ ਵੇਖ ਕੇ ਤਾਂ ਇੱਦਾਂ ਕੁਝ ਵੀ ਨਹੀਂ ਲੱਗ ਰਿਹਾ ਕਿ ਸਭ ਕੁਝ ਸਹੀ ਹੋਵੇਗਾ। ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਹੈ। ਵੀਡੀਓ ਨੂੰ ਲਾਈਕ ਐਂਡ ਮੇਰੇ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਨਜ਼ਾਰੇ ਲਓ ਯਾਰ, ਐਵੇਂ ਨਾ ਇੱਦਾਂ ਸੀਰੀਅਸ ਹੋਇਆ ਕਰੋ। ਕੁਛ ਨਹੀਂ ਹੋਇਆ ਹੈਗਾ, ਸਾਰਾ ਕੁਛ ਓਕੇ ਰਿਪੋਰਟ ਆ। ਬਾਕੀ ਜੇ ਜਦੋਂ ਤੱਕ ਮੈਂ ਆਪਣੀ ਪ੍ਰੋਫਾਈਲ 'ਤੇ ਕੁਛ ਸ਼ੇਅਰ ਨਹੀਂ ਕਰਦਾ, ਉਦੋਂ ਤੱਕ ਨਾ ਐਵੇਂ ਕੋਈ ਪੋਸਟ ਵਗੈਰਾ ਪਾਓ ਕਿ ਹਾਂ ਇੱਦਾਂ ਹੋ ਗਿਆ, ਕੋਈ ਨਾ ਵੀਡੀਓ ਬਣਾਓ, ਇਹ ਕੁਛ ਨਹੀਂ ਹੈਗਾ। ਐਵੇਂ ਤੁਸੀਂ ਮੈਨੂੰ ਵੀ ਟੈਨਸ਼ਨ ਪਾਈ ਜਾਂਦੇ ਰਾਤੀ। ਆਪਾਂ ਚੰਗਾ ਭਲਾ ਮਗਲੋੜਗੰਜ ਘੁੰਮਣ ਗਏ, ਵਾਪਸ ਆਇਆ ਮੈਂ ਤਾਂ ਇੰਨੇ ਮੈਸੇਜ ਉੱਥੇ, ਮੈਂ ਮੈਸੇਜ ਨਹੀਂ ਸੀ ਦੇਖਣ ਦਿਆ, ਇੰਨੇ ਮੈਸੇਜ ਇਹ ਹੋ ਗਿਆ, ਵੋ ਹੋ ਗਿਆ, ਫਲਾਣ ਹੋ ਗਿਆ, ਮੈਨੂੰ ਕਰੀ ਜਾਂਦੇ ਆ। ਕੋਈ ਐਵੇਂ ਮੈਸੇਜ ਮੁਸ ਨਾ ਕਰੋ, ਸਾਰਾ ਕੁਛ ਓਕੇ ਰਿਪੋਰਟ ਆ। ਬਾਕੀ ਜੋ ਹੋਊਗਾ ਬਾਅਦ ਤੁਹਾਨੂੰ ਦੱਸ ਦੇਵਾਂਗੇ, ਕਿਉਂਕਿ ਜਦੋਂ ਤੱਕ ਅਸੀਂ ਆਪਣਾ ਕੁਛ ਨਹੀਂ, ਮੈਂ ਨਹੀਂ ਕੁਛ ਦੱਸਿਆ ਤੁਹਾਨੂੰ, ਤੁਸੀਂ ਐਵੇਂ ਇਹ ਹੋ ਗਿਆ ਵੋ ਹੋ ਗਿਆ, ਤਾਂ ਚਿੱਲ ਕਰੋ।